ਜਿਵੇਂ ਫਸਟ ਲੈਕਚਰ 'ਚ ਆਪਾਂ ਕੀਤਾ ਸੀ ਵੀ ਪ੍ਰਿੰਟ ਮੈਥਡ ਹੈ ਜੋ ਆਪਾਂ ਯੂਜ਼ ਕਰਦੇ ਹਾਂ ਕੋਈ ਵੀ ਇਨਫੋਰਮੇਸ਼ਨ ਨੂੰ ਪ੍ਰਿੰਟ ਕਰਨ ਦੇ ਲਈ। ਪ੍ਰਿੰਟ ਹੈਲੋ ਰਨ ਕੀਤਾ ਆਪਾਂ, ਠੀਕ ਹੈ, ਆਊਟਪੁੱਟ 'ਚ ਕੀ ਨਜ਼ਰ ਆਇਆ ਆਪਣਾ, ਹੈਲੋ। ਹੁਣ ਜੋ ਨੈਕਸਟ ਅਗਲੇ ਟੌਪਿਕਸ ਦੇ ਵਿੱਚ ਆਪਣਾ ਆਉਂਦਾ ਕੀਵਰਡਸ। ਕੀਵਰਡਸ ਕਿਹੜੇ ਹੈ? ਜਿਹੜੇ ਰਿਜ਼ਰਵ ਵਰਡਸ ਹੁੰਦੇ ਹੈ, ਠੀਕ ਹੈ, ਜਿਨ੍ਹਾਂ ਦਾ ਕੋਈ ਪਾਰਟੀਕੂਲਰ ਮੀਨਿੰਗ ਹੁੰਦਾ ਹੈ, ਇਹਨਾਂ ਨੂੰ ਆਪਾਂ ਵੇਰੀਏਬਲ ਦੇ ਤੌਰ 'ਤੇ ਨਹੀਂ ਯੂਜ਼ ਕਰ ਸਕਦੇ, ਜਿਵੇਂ ਇਫ, ਐਲਸ, ਫੋਰ, ਵਾਈਲ, ਬ੍ਰੇਕ, ਟਰਾਈ, ਐਕਸੈਕਟਰਾ। ਫਿਰ ਆਉਂਦੇ ਆਈਡੈਂਟੀਫਾਇਰ। ਆਈਡੈਂਟੀਫਾਇਰਸ ਜਿਹੜੇ ਆਪਾਂ ਡਿਕਲੇਅਰ ਕਰਦੇ ਹਾਂ, ਮੀਨਸ ਜਿਹੜੇ ਆਪਾਂ ਵੇਰੀਏਬਲਸ ਕ੍ਰੀਏਟ ਕਰਦੇ ਹਾਂ, ਜਾਂ ਜਿਹੜੇ ਆਪਾਂ ਕੋਈ ਵੀ ਜਿਹੜੇ ਅਸੀਂ ਯੂਜ਼ਰ ਡਿਫਾਈਨ ਕੋਈ ਐਰੇ ਹੈ, ਕੋਈ ਲਿਸਟ ਹੈ, ਕੋਈ ਸਟਰਕਚਰ ਹੈ, ਕਲਾਸਿਸ ਹੈ, ਇਹ ਜੋ ਆਪਾਂ ਸੀ ਸੀ ਪਲੱਸ ਪਲੱਸ 'ਚ ਵੀ ਬਣਾਉਂਦੇ ਸੀ, ਉਹ ਸਾਰੇ ਕੀ ਹੁੰਦੇ? ਆਈਡੈਂਟੀਫਾਇਰਸ। ਆਈਡੈਂਟੀਫਾਇਰਸ ਦੇ ਹੁਣ ਨੇਮ ਹੈ ਜੋ ਉਹਨਾਂ ਦੇ ਕੁਝ ਪਰਟੀਕੂਲਰ ਰੂਲਸ ਹੈ, ਨੇਮ ਫੋ ਨੇਮ ਲਿਖਣ ਦੇ ਵੀ ਆਈਡੈਂਟੀਫਾਇਰ ਕਿਹੜਾ ਹੋ ਸਕਦਾ ਹੈ, ਉਹ ਹਮੇਸ਼ਾ ਕਿਸ ਤੋਂ ਸਟਾਰਟ ਹੋਣਾ ਚਾਹੀਦਾ, ਅਪਰ ਕੇਸ ਜਾਂ ਲੋਅਰ ਕੇਸ ਅਲਫਾਬੈਟ ਤੋਂ, ਜਾਂ ਅੰਡਰਸਕੋਰ ਹੋ ਸਕਦਾ ਉਸ ਦੇ ਵਿੱਚ, ਕੋਈ ਹੋਰ ਸਪੈਸ਼ਲ ਸਿੰਬਲ ਨਹੀਂ ਹੋ ਸਕਦਾ। ਪਲੱਸ ਉਸ ਦੇ ਵਿੱਚ ਕੈਪੀਟਲ ਏ, ਏ ਟੂ ਜ਼ੈਡ, ਸਮਾਲ ਏ ਟੂ ਜ਼ੈਡ, ਦੈਨ ਨੰਬਰਸ ਅਤੇ ਅੰਡਰਸਕੋਰ ਨਾਲ ਦੇ ਕੰਬੀਨੇਸ਼ਨ ਨਾਲ ਬਣਾ ਸਕਦੇ ਹਾਂ ਆਪਾਂ, ਕਿਸੇ ਵੀ ਲੈਂਥ ਦੇ ਹੋ ਸਕਦੇ ਆ ਉਹ, ਬਟ ਉਹ ਰਿਜ਼ਰਵ ਵਰਡ ਨਹੀਂ ਹੋਣੇ ਚਾਹੀਦੇ, ਠੀਕ ਹੈ। ਦੈਨ ਉਹਨਾਂ ਦੇ ਵਿੱਚ ਕੋਈ ਸਪੈਸ਼ਲ ਸਿੰਬਲ ਨਹੀਂ ਹੋਣੇ ਚਾਹੀਦੇ, ਆਪਾਂ ਅੰਡਰਸਕੋਰ ਯੂਜ਼ ਕਰ ਸਕਦੇ ਹਾਂ ਉਸ ਦੇ ਵਿੱਚ। ਜਿਵੇਂ ਇਸ ਦਾ ਮਤਲਬ ਕੀ ਹੈ, ਜਿਵੇਂ ਸਪੋਜ਼ ਆਪਾਂ ਲਿਖਿਆ ਏ ਇਜ਼ ਇਕਲ ਟੂ 10, ਹੁਣ ਏ ਕੀ ਹੈ? ਇੱਕ ਆਈਡੈਂਟੀਫਾਇਰ ਹੈ। ਆਪਾਂ ਇੱਥੇ ਲਿਖਤਾ ਜਿਵੇਂ ਵੈਲਿਊ ਆਫ ਏ ਇਜ਼ ਇਕਲ ਟੂ ਏ, ਆਪਾਂ ਇਹਨੂੰ ਰਨ ਕਰਦੇ ਹਾਂ ਪ੍ਰੋਗਰਾਮ ਨੂੰ, ਆਂਸਰ ਕੀ ਆ ਗਿਆ? ਵੈਲਿਊ ਆਫ ਏ ਇਜ਼ ਇਕਲ ਟੂ 10। ਹੁਣ ਏ ਕੀ ਹੈ? ਆਈਡੈਂਟੀਫਾਇਰ ਹੈ। ਇਸ ਦੇ ਹੁਣ ਕੋਈ ਵੀ ਲੈਂਥ ਦੇ ਹੋ ਸਕਦੇ ਆ, ਬਟ ਇਸ ਦੇ ਵਿੱਚ ਆਪਾਂ ਕੇਵਲ ਜੇ ਸਪੈਸ਼ਲ ਸਿੰਬਲ ਦੇ ਤੌਰ 'ਤੇ ਕਹੀਏ, ਕੇਵਲ ਅੰਡਰਸਕੋਰ ਯੂਜ਼ ਕਰ ਸਕਦੇ ਹਾਂ। ਦੈਨ ਕਮੈਂਟਸ। ਕਮੈਂਟਸ ਉਹ ਪਾਰਟ ਹੈ ਜਿਹੜਾ ਐਗਜ਼ੀਕਿਊਟ ਨਹੀਂ ਹੁੰਦਾ, ਜਿਹੜਾ ਕੇਵਲ ਕਿਸੇ ਮੈਸੇਜ ਦੇ ਲਈ ਹੁੰਦਾ। ਜਿਵੇਂ ਸਪੋਜ਼ ਆਪਾਂ ਗੱਲ ਕਰੀਏ, ਜੇ ਇਸ ਦੇ ਵਿੱਚ ਹੀ ਹੈ, ਸਪੋਜ਼ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਇਹ ਪ੍ਰਿੰਟ ਦਾ ਕੀ ਕੰਮ ਹੈ, ਮੈਂ ਜੀ ਲਿਖ ਸਕਦਾ ਪ੍ਰਿੰਟ ਫੰਕਸ਼ਨ ਇਜ਼ ਯੂਜ਼ਡ ਟੂ ਪ੍ਰਿੰਟ ਇਨਫੋਰਮੇਸ਼ਨ ਔਰ ਡਾਟਾ। ਹੁਣ ਇਹ ਜਿਹੜੀ ਲਾਈਨ ਹੈ, ਇਹ ਹੈਸ਼ ਹੈਸ਼ ਦੇ ਨਾਲ ਉਹ ਕੀ ਬਣ ਗਿਆ? ਕਮੈਂਟ ਬਣ ਗਿਆ। ਮਤਲਬ ਆਊਟਪੁੱਟ ਦੇ ਵਿੱਚ ਉਹਦਾ ਕੋਈ ਫਰਕ ਨਹੀਂ ਪਊਗਾ। ਆਊਟਪੁੱਟ 'ਚ ਕੇਵਲ ਕਿਹੜੀ ਲਾਈਨ ਚੱਲੂਗੀ? ਫਸਟ ਲਾਈਨ ਅਤੇ ਥਰਡ ਲਾਈਨ। ਇਹ ਇਸਨੂੰ ਕਹਿੰਦੇ ਸਿੰਗਲ ਲਾਈਨ ਕਮੈਂਟ। ਜੇ ਆਪਾਂ ਡਬਲ ਲਾਈਨ ਕਮੈਂਟ ਜਾਂ ਮਲਟੀ ਲਾਈਨ ਕਮੈਂਟ ਪਾਉਣਾ, ਉਸ ਦੇ ਲਈ ਆਪਾਂ ਨੂੰ ਤਿੰਨ ਸਿੰਗਲ ਕੋਡ ਜਾਂ ਡਬਲ ਕੋਡ ਸਟਾਰਟ ਕਰਕੇ ਇੱਥੇ ਆਪਣੇ ਕਮੈਂਟ ਸਟਾਰਟ ਹੋ ਸਕਦੇ ਆ ਜਿੰਨੇ ਮਰਜ਼ੀ ਲਾਈਨਸ ਦੇ। ਦੈਨ ਸਿੰਗਲ ਕੋਡ ਜਾਂ ਡਬਲ ਕੋਡ ਦੇ ਨਾਲ ਆਪਾਂ ਉਹਨੂੰ ਕੀ ਕਰ ਦਾਂਗੇ? ਕਲੋਜ਼ ਕਰ ਦਾਂਗੇ। ਇਹ ਕੀ ਬਣ ਗਿਆ? ਆਪਣੇ ਮਲਟੀ ਲਾਈਨ ਕਮੈਂਟਸ, ਜਦੋਂ ਆਪਾਂ ਇੱਕ ਤੋਂ ਜ਼ਿਆਦਾ ਲਾਈਨ ਦੇ ਕਮੈਂਟ ਲਿਖਦੇ ਹਾਂ। ਫਿਰ ਆਉਂਦੇ ਆਪਣੇ ਡਾਟਾ ਟਾਈਪਸ। ਡਾਟਾ ਟਾਈਪਸ 'ਚ ਕੀ ਹੈ? ਜਿਹੜੇ ਪਾਈਥਨ ਦੇ ਡਾਟਾ ਟਾਈਪਸ ਆਪਾਂ ਕਹੀਏ, ਨੰਬਰ ਡਾਟਾ ਟਾਈਪ ਹੋ ਸਕਦੇ ਆ, ਇੰਟੀਜ਼ਰ, ਫਲੋਟ, ਕੰਪਲੈਕਸ ਵਗੈਰਾ, ਦੈਨ ਸਟ੍ਰਿੰਗ ਡਾਟਾ ਟਾਈਪ ਹੋ ਸਕਦਾ, ਸੀਕੁਐਂਸ ਹੋ ਸਕਦੇ ਆ, ਲਿਸਟ, ਟਪਲ, ਰੇਂਜ, ਦੈਨ ਮੈਪਿੰਗ ਦੇ ਵਿੱਚ ਆ ਜਾਂਦਾ ਡਿਕਸ਼ਨਰੀ, ਬੁਲੀਅਨ, ਸੈੱਟ, ਨਨ ਡਾਟਾ ਟਾਈਪ ਆ ਜਾਂਦੇ ਆ, ਬਾਈਟਸ। ਇਹ ਸਾਰੇ ਕੀ ਆਪਣੇ ਡਾਟਾ ਟਾਈਪਸ ਹੈ ਜਿਹੜੇ ਆਪਾਂ ਯੂਜ਼ ਕਰਦੇ ਹਾਂ। ਜਿਵੇਂ ਇਸ ਜਗ੍ਹਾ 'ਤੇ ਜੇ ਆਪਾਂ ਗੱਲ ਕਰੀਏ, ਜਿਹੜਾ ਏ ਹੈ, ਇਹ ਕੀ ਹੈ? ਇੰਟੀਜ਼ਰ ਹੈ। ਮੈਂ ਲਿਖਤਾ ਬੀ ਇਕੁਅਲ ਟੂ 3.3। ਬੀ ਕੀ ਹੋ ਗਿਆ? ਆਪਣਾ ਫਲੋਟ ਟਾਈਪ ਹੋ ਗਿਆ, ਕਿਉਂਕਿ ਪੁਆਇੰਟਿੰਗ ਆ ਗਿਆ। ਸੀ ਇਜ਼ ਇਕੁਅਲ ਟੂ, ਮੈਂ ਇੱਥੇ ਲਿਖਤਾ, ਮੈਂ ਆਪਣਾ ਨਾਮ ਲਿਖਤਾ ਲਾਈਕ ਸੀ ਜੇ ਸਿੰਘ, ਠੀਕ ਹੈ। ਇਹ ਕਿਸ ਟਾਈਪ ਦਾ ਹੋ ਗਿਆ? ਸਟ੍ਰਿੰਗ ਟਾਈਪ ਦਾ ਹੋ ਗਿਆ। ਮੈਨੂੰ ਉਸਨੂੰ ਜਿਹੜੇ ਆਪਾਂ ਕਹੀਏ ਪਾਇਥਨ ਦੇ ਵਿੱਚ ਵੇਰੀਏਬਲ ਨੇਮ, ਵੇਰੀਏਬਲ ਡਿਕਲੇਅਰ ਕਰਨ ਦੀ ਜ਼ਰੂਰਤ ਨਹੀਂ ਵੀ ਕਿਸ ਟਾਈਪ ਦਾ ਵੇਰੀਏਬਲ ਹੈ, ਜਿਸ ਤਰੀਕੇ ਦਾ ਡੇਟਾ ਪਾਵਾਂਗੇ ਉਸ ਦੇ ਵਿੱਚ, ਉਸ ਤਰੀਕੇ ਦੀ ਉਸ ਦੇ ਵਿੱਚ ਉਹ ਵੈਲਿਊ ਆ ਜਾਂਦੀ ਹੈ। ਜਦੋਂ ਆਪਾਂ ਵਿੱਚ ਜੇ ਲਗਾ ਦਾਂਗੇ ਤਾਂ ਦੈਨ ਇਹ ਕਿਸ ਨੂੰ ਰਿਪ੍ਰਜੈਂਟ ਕਰਦਾ? ਆਪਣਾ ਕੰਪਲੈਕਸ ਨੰਬਰਸ ਨੂੰ। ਆਪਾਂ ਇਹ ਸਾਰੇ ਪ੍ਰਿੰਟ ਕਰਕੇ ਦੇਖਦੇ ਹਾਂ ਹੁਣ। ਏ ਬੀ ਸੀ ਡੀ, ਵੈਲਿਊ ਆਫ ਏ ਬੀ ਸੀ ਡੀ, ਇਹ ਸਾਰੇ ਪ੍ਰਿੰਟ ਕਰਕੇ ਦੇਖਦੇ ਹਾਂ ਆਪਾਂ। ਵੈਲਿਊ ਆਫ ਏ 10 ਦਿਸ ਸੀ ਜੇ ਸਿੰਘ, ਡੀ ਇਜ਼ ਇਕਲ ਟੂ 5 ਜੇ। ਆਪਾਂ ਉਸਦਾ ਟਾਈਪ ਵੀ ਦੇਖ ਸਕਦੇ ਹਾਂ, ਜੇ ਆਪਾਂ ਇਸ ਦੇ ਅੱਗੇ ਜੇ ਲਿਖ ਦਈਏ ਟਾਈਪ, ਵੀ ਜਿਹੜਾ ਏ ਹੈ ਉਹ ਕਿਸ ਟਾਈਪ ਦਾ ਹੈ, ਜਿਹੜਾ ਡੀ ਹੈ
वो किस टाइप का है, या आप टाइप डिक्लेयर करके उस दे नाल देख भी सकते हैं, लाइक जो ए है वो किस टाइप का है, इंटीजर टाइप का है, जो डी है वो किस टाइप का है, कॉम्पलैक्स टाइप का है। जिहड़े ये है अपने लिस्ट वगैरह टपल रेंज वगैरह ये आप अगे जाके करांगे, ठीक है ना, क्योंकि थोड़े जे कंप्लीकेटेड एज कंपेयर टू अदरस। सो आप इन्हों नाल नाल जिमें जिमें अगे जावे उमें उमें आप इस कवर कवर करते जावे। हूँ जिन्हें भी चीज़ा है इस दे विच पाइथन दे विच, वो सारिया की है बेसिकली अपनिया ऑब्जेक्ट की फॉर्म च ही है, चाहे वह इंटीजर है, चाहे डबल है, चाहे फ्लोट है, चाहे स्ट्रिंग है, वो सारे किस फॉर्म च होंगे, ऑब्जेक्ट की फॉर्म च होंगे है। तो उन्होंने जो जे आप कही आई डी जो है उसनों आप आई डी के नाल देख भी सकते हैं भी उसका आई डी की है, लाइक आप कही आई डी ऑफ ए, आई डी ऑफ ए की है, आप इतने चला के देखते हैं आई डी ए का यह है, लाइफ लॉन्ग ये सेम ही रहेगा। ये बेसिकली जो आई डी है, होर चीज़ जो खास है, ये आई डी बेसिकली वैल्यू पर डिपेंड है। जिमें सपोज मैं डी दे विच भी 10 स्टोर करता, जब सपोज पहला आप यही रहन दें, आप आई डी देखते हैं डी का, इन्हों की लोड नहीं है, डिलीट कर दें आई डी ए ते, आई डी आप डी का चैक करते हैं की है, एक ए का आई डी है, एक डी का आई डी है। जे मैं डी दे विच 10 स्टोर करता, फिर देखते हैं की आउटपुट आती है, उन्होंने आई डी सेम हो गया। हूँ बेसिकली ये रिप्रजेंट की कर रहे हैं भी बेसिकली ये आई डी डायरैक्टली ए तो डी का नहीं है, ये 10 का आई डी है। जे मैं इतने किसी का ए का 5 करता है, डी का आई डी उही है 512 वाला है, ए का चेंज हो गया। जे मैं इतने भी 5 करता है, दिस मीनस ए तो डी का दोनों का आई डी सेम है, क्योंकि वह वैल्यू पर डिपेंड है भी कि वैल्यू है उस दे विच। हुण जिहड़े अगले डेटा टाइप्स है आप नैक्सट लैक्चरस के करांगे, थोड़े जे होर पहला बेसिक कंसैप्ट करके अज जो है आप केवल इन्ना की ही ट्राई करके देखना है, ठीक है भी। इंटीजर की होंगे है, लाइक आप कह रहे हैं एक वैल्यू आप लिखते 10, बी लिखता है 20, सी लिखता है ए प्लस बी, डी इज इक्वल टू आप इतने आंसर लिखता है सपोज डी, रन करके देखते हैं आंसर क्या आ गया अपना, डी इज इक्वल टू 30। जब आप पॉइंट्स लवेंगे पॉइंट के अकॉर्डिंग आंसर आ जाएगा, ठीक है। आप मैसेज भी लगा सकते हैं, कॉमा ऑपरेटर है बेसिकली कॉनकैटिनेशन का है। अगर आप स्ट्रिंग्स है दो स्ट्रिंग्स नू जोड़न दे लई आप प्लस भी यूज़ कर सकते हैं। जे सपोज मैं इतने प्लस करता है तां इत्थे की टाइप है एरर की आ गया, क्योंकि उसनू स्ट्रिंग चाहिए है, इत्थे की है इंटीजर है। जे सपोज़ इत्थे मैं डी दे विच लिखा हुंदा सी जे सिंह ठीक है, हुण चल गया डी इज इक्वल टू सी जे सिंह, क्योंकि प्लस जो है ये कॉनकैटीनेशन करता स्ट्रिंग नू स्ट्रिंग दे नाल। जे आपां किसे इंटीजर जे आपां रिप जोड़ना आ, जिमें हुण इस केस दे विच डी एक इंटीजर है, डी इक्वल टू जिहड़ा आपां ए लिखिया है ये स्ट्रिंग है, इत्थे स्ट्रिंग है अपनी, तो डी जिहड़ा इंटीजर है, इत्थे फिर अपना प्लस नहीं चलना, इत्थे अपना एरर आ जाना है, इत्थे आपां नूं की लगाना पैना कॉमा ही लगाना पैना। चलो अज इन्ना की ट्राई करते हैं, बाकी नैक्सट क्लास 'च।